ਰਸ਼ਨ ਮਿੱਤਲ ਜੀ ਜਦੋਂ ਇਹ ਵਾਕਿਆ ਹੋਇਆ ਆ ਤੇ ਤੁਸੀਂ ਜਦੋਂ ਮੰਨ ਦੇ ਵਿੱਚ ਤੁਹਾਡੇ ਵਿੱਚ ਕੀ ਇਹੋ ਜੀ ਗੱਲ ਆਈ ਕਿ ਤੁਸੀਂ ਅੱਜ ਉਹ ਦੁੱਖ ਬਣਾਉਣ ਪਰਮੇਸ਼ਰ ਜ਼ਾਰ ਤੱਕ ਆਏ ਰਵੀਸ਼ਰ ਤਵਾਰ ਬਾਬਾ ਜੀ ਦੇ ਜਿਹੜੇ ਵਿਚਾਰ ਰਹੇ ਸੀ ਬਹੁਤ ਧੀਰ ਤੋਂ ਟੈਲੀਵਿਜ਼ਨ ਤੇ ਵੀ ਔਰ ਵੈਸੇ ਵੀ ਇਹਨਾਂ ਦੇ ਦੀਵਾਨਾ ਚ ਸੁਣਦੇ ਰਹੇ ਆ ਬਾਬਾ ਜੀ ਨੇ ਕਦੀ ਕਿਸੇ ਦਾ ਮਾੜਾ ਨਹੀਂ ਕਰਿਆ ਔਰ ਇੱਡਾ ਵੱਡਾ ਇੱਕ ਹਮਲਾ ਬਾਬਾ ਜੀ ਤੇ ਹੋ ਜਾਣਾ ਔਰ ਇਹ ਰੱਬ ਦਾ ਸ਼ੁਕਰ ਹੈ ਉਹਨਾਂ ਦਾ ਬਚਾਅ ਰਹਿ ਜਾਣਾ ਹੋਰ ਧੀ ਹਸਤੀ ਦੇ ਉੱਤੇ ਹਮਲਾ ਕਰਨਾ ਅੱਜ ਆਮ ਬੰਦੇ ਦੀ ਪੋਜੀਸ਼ਨ ਜਿਹੜੀ ਹੈ ਅਸੀਂ ਕੁਝ ਨਹੀਂ ਸਮਝਦੇ ਵੀ ਜਦ ਮਰਜ਼ੀ ਉਹਨਾਂ ਦਾ ਜਦ ਮਰਜ਼ੀ ਕਿਸੇ ਨੂੰ ਮਰੌੜ ਦਿੱਤਾ ਜਾਵੇ ਸੋ ਬਾਬਾ ਜੀ ਤੇ ਇਹ ਜਾ ਅਟੈਕ ਹੋ ਗਿਆ ਆਮ ਪਬਲਿਕ ਦੇ ਵਿੱਚ ਕਾਫੀ ਦਹਿਸ਼ਤ ਫੈਲੀ ਖਾਸ ਕਰਕੇ ਮੰਡੀਆਂ ਦੇ ਵਿੱਚ ਜਿੱਥੇ ਬਾਬਾ ਜੀ ਦਾ ਆਣਾ ਜਾਣਾ ਹੈ ਉਹਨਾਂ ਲੋਕਾਂ ਦੇ ਵਿੱਚ ਬੇਦਸ਼ਤ ਦਾ ਮਾਹੌਲ ਛਾ ਗਿਆ ਵੀ ਤੁਸੀਂ ਇਹ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਜਿਹੜੇ ਇਹਦੇ ਦੋਸ਼ੀ ਨੇ ਉਹ ਸਲਾਖਾਂ ਪਿੱਛੇ ਹੋਣ ਹਾਂ ਬਿਲਕੁਲ ਤਾਂ ਦੇਖੋ ਗੱਲ ਹੈ ਨਾ ਵੀ ਜੋ ਮਾਹੌਲ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਜੋ ਹੈ ਮਾਹੌਲ ਪੰਜਾਬ ਦਾ ਖਰਾਬ ਹੋਣ ਦੇ ਲਈ ਕੋਈ ਕਸਰ ਨਹੀਂ ਰਹਿਣੀ ਫਿਰ ਜੇ ਨਾ ਇਹਨਾਂ ਨੂੰ ਵੀ ਕੋਈ ਦੋਸ਼ੀ ਨਾ ਪਕੜੇ ਜਾਣ ਬਹੁਤ ਬਹੁਤ ਧੰਨਵਾਦ ਜੀ ਬਹੁਤ